ਸਤਿ ਸ਼੍ਰੀ ਅਕਾਲ ਫਾਰਮਰ ਭਰਾਓ, ਅੱਜ ਜਿਹੜੀ ਜਵਾਰ ਮੈਂ ਤੁਹਾਨੂੰ ਵਿਖਾ ਰਿਹਾ, ਇਹ ਰਾਸ਼ੀ ਕੰਪਨੀ ਦੀ ਸਿਰਾ ਦੇ ਨਾਮ ਤੋਂ ਆਉਣ ਵਾਲੀ ਜਵਾਰ ਹੈਗੀ ਆ, ਸਿਰਾ 400। ਬਹੁਤ ਹੀ ਇਹਨੇ ਵਧੀਆ ਪਰਫੋਰਮੈਂਸ ਦਿੱਤੀ ਹੈ। ਇਹਦੀ ਖਾਸੀਅਤ ਤੁਹਾਨੂੰ ਦੱਸਦਾ, ਇਹ ਮੇਰੇ ਤੋਂ ਥੋੜ੍ਹੀ ਵਿਰਲੀ ਰਹਿ ਗਈ ਸੀ, ਇਸ ਕਰਕੇ ਮੇਰਾ ਆਪਦਾ ਖੇਤ ਹੈਗਾ। ਇੱਧਰ ਮੂੰਗੀ ਲੱਗੀ ਹੋਈ ਹੈ MH 1142, ਮੂੰਗੀ ਕੁਛ ਉਹ ਮੈਂ ਜਿਹੜੀ ਵਢਾਈ ਹੋਈ ਹੈ ਆਪਦਾ ਸੀਡ ਰੱਖਣ ਵਾਸਤੇ, ਕੁਛ ਉਵੇਂ ਵਾਢੀ ਕਰੀ ਹੋਈ ਹੈ, ਵਿਖਾ ਦੂਗਾ ਬੰਦਾ ਆਪਣਾ। ਅਤੇ ਇਹ ਅੱਜ ਜਿਹੜੀ ਜਵਾਰ ਬਾਰੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ, ਰਾਸ਼ੀ ਕੰਪਨੀ ਦੀ ਜਵਾਰ ਹੈ। ਮੇਰੇ ਕੋਲ ਰਾਸ਼ੀ ਕੰਪਨੀ ਦੀ ਮੱਕੀ ਵੀ ਲੱਗੀ ਹੋਈ ਹੈ 3591, ਇਹ ਸਿਰਾ ਜਵਾਰ ਹੈ ਜਿਹੜੀ, ਸਿਰਾ 400 ਕਹਿੰਦੇ ਜਿਹਨੂੰ, ਉਹ ਜਵਾਰ ਹੈ। ਇਹਦੀ ਬਹੁਤ ਹੀ ਚੰਗੀ ਪਰਫੋਰਮੈਂਸ ਹੈ। ਪਹਿਲਾਂ ਆਪਣੇ ਐਡਵਾਂਟਾ ਦੀ ਜਵਾਰ ਬਹੁਤ ਚੰਗੀ ਹੁੰਦੀ ਸੀਗੀ, ਅਤੇ ਇਹਦਾ ਵੀ ਹੁਣ ਕੋਈ ਤੋੜ ਨਹੀਂ ਗਾ। ਇਹਦੀ 12 ਫੁੱਟ ਤੱਕ ਹਾਈਟ ਜਾ ਵੜਦੀ ਆ, ਅਤੇ 12 ਫੁੱਟ ਤੱਕ ਇਹ ਕੱਚੀ ਦੀ ਕੱਚੀ ਹੀ ਰਹਿੰਦੀ ਹੈ, ਪੱਕਦੀ ਨਹੀਂ ਗੀ ਛੇਤੀ। ਥੱਲੋਂ ਜੇ ਆਪਾਂ ਵੱਢਾਂਗੇ ਦਾਤੀ ਨਾਲ, ਇਹ ਬਹੁਤ ਹੀ ਪੋਲੀ ਰਹਿੰਦੀ ਆ, ਕਿ ਐਂ ਨਹੀਂ ਗਾ ਕਿ ਇਹਦਾ ਟਾਂਡਾ ਸਖਤ ਹੋ ਜਾਵੇ। ਟਾਂਡਾ ਰਹੂਗਾ ਨਰਮ, ਦਾਤੀ ਨਾਲ ਬਹੁਤ ਹੀ ਈਜ਼ੀ ਵੱਢਿਆ ਜਾਊਗਾ, ਸੌਖਾ ਵੱਢਿਆ ਜਾਊਗਾ। ਅਤੇ ਹਾਈਟ 12 ਫੁੱਟ 'ਤੇ ਜਾ ਕੇ ਇਹਨੇ ਆਪਦੀ ਲੂੰਬੀ ਕੱਢਦੀ ਹੈ ਜਿਹੜੀ, ਉਹ ਜਿਹੜਾ ਤੁਹਾਨੂੰ ਦੇਸੀ ਰੇਹੀ ਹੋਊਗੀ, ਮੈਂ ਉਹ ਸਾਰੀ ਦੇਖਣਾ। 12 ਫੁੱਟ 'ਤੇ ਜਾ ਕੇ ਇਹ ਕੱਢਦੀ ਹੈ, ਅਤੇ ਇਹ ਜਵਾਰ ਜਿਵੇਂ ਹੁਣ ਪਕਾਵਾਂ ਲੈਣ ਲੱਗੀ ਆ, ਅਤੇ ਇਹ ਜਵਾਰ 4 ਤੋਂ 5 ਫੁੱਟਾਂ ਲੈਂਦੀ ਹੈ। ਬਾਕੀ ਡਿਟੇਲ ਇਹਦੀ ਮੈਂ ਹੋਰ ਤੁਹਾਨੂੰ ਦੱਸ ਦੂੰਗਾ, ਕਿ ਇਹ ਚੱਲਣ 'ਚ ਵੀ ਬਹੁਤ ਸੌਖੀ ਆ। ਆਪਾਂ ਕਿਸੇ ਕੰਪਨੀ ਦਾ ਪ੍ਰਮੋਸ਼ਨ ਨਹੀਂ ਕਰਦੇ, ਆਪਾਂ ਮੇਰੇ ਖੇਤ ਸੀਗੀ ਜਵਾਰ, ਇਹ ਚੰਗੀ ਲੱਗੀ ਤਾਂ ਕਿ ਲੋਕਾਂ ਤੱਕ ਚੰਗਾ ਬੀਜ ਦਾ ਪ੍ਰਦਰਸ਼ਨੀ ਜਾ ਸਕੇ, ਇਸ ਲਈ ਮੈਂ ਇਹ ਵੀਡੀਓ ਅੱਜ ਸ਼ੂਟ ਕਰ ਰਿਹਾ। ਅਤੇ ਇਹ 12 ਫੁੱਟ ਤੱਕ ਜਾ ਕੇ ਆਪਦੀ 11-12 ਫੁੱਟ ਤੱਕ ਜਾ ਕੇ ਲੂੰਬੀ ਕੱਢਦੀ ਆ ਆਪਦੀ, ਇਹ 4 ਤੋਂ 5 ਫੁੱਟਾਂ ਲੈਂਦੀ ਹੈ। ਹੁਣ ਤਾਂ ਚਲੋ ਕਿ ਮੌਸਮ ਠੰਡਾ ਆ ਗਿਆ, ਆਉਣ ਵਾਲਾ ਕਿ ਸਿਆਲ ਆਉਣ ਲੱਗਿਆ, ਅਤੇ ਹੋ ਸਕਦਾ ਘੱਟ ਫੁੱਟਾਂ ਲਵੇ, ਪਰ ਇਹ ਆਮ ਜੇ ਅਗੇਤੀ ਬੀਜੀ ਹੋਵੇ ਤਾਂ 4 ਤੋਂ 5 ਫੁੱਟਾਂ ਇਹ ਲੈ ਜਾਂਦੀ ਹੈ। ਅਤੇ ਇਹਦਾ ਚੱਲਣ ਦਾ ਗਰੋਥ ਵੀ, ਕੀੜਾ ਵੀ ਬਹੁਤ ਇਹਨੂੰ ਘੱਟ ਪੈਂਦਾ, ਅਤੇ ਵੱਢਣ 'ਚ ਵੀ ਸੌਖੀ ਹੈ, ਅਤੇ ਪਸ਼ੂ ਵੀ ਇਹਨੂੰ ਬਹੁਤ ਖੁਸ਼ ਹੋ ਕੇ ਖਾਂਦੇ ਆ। ਇੰਨੀ ਕੁ ਮੈਂ ਜਾਣਕਾਰੀ ਸੀਗੀ। 3591 ਜਿਹੜੀ ਮੱਕੀ ਹੈਗੀ ਹੈ ਰਾਸ਼ੀ ਦੀ, ਉਹਦੇ ਬਾਰੇ ਵੀ ਮੈਂ ਤੁਹਾਨੂੰ ਡਿਟੇਲ 'ਚ ਦੱਸੂੰਗਾ ਕਿਸੇ ਦਿਨ, ਫਿਰ ਵੀਡੀਓ ਬਣਾ ਕੇ ਫਿਰ ਮੈਂ ਦੱਸੂੰਗਾ। ਉਹਦਾ ਵੀ ਪਰਫੋਰਮੈਂਸ ਚਾਰੇ 'ਚ ਬਹੁਤ ਵਧੀਆ ਹੈਗਾ। ਜੇ ਹੁਣ ਮੇਰੇ ਆਹ ਜਵਾਰ ਮੁੱਕਣ ਵਾਲੀ ਸੀਗੀ, ਇਸ ਲਈ ਮੈਂ ਉਹ ਮੱਕੀ ਬੀਜੀ ਉੱਧਰ 3591, ਅਤੇ ਪਾਈਨਰ ਦੀ ਵੀ ਮੱਕੀ ਬਹੁਤ ਵਧੀਆ ਆਉਂਦੀ ਹੈ, ਅਤੇ ਰਾਸ਼ੀ ਦੀ ਮੱਕੀ ਜਿਹੜੀ 3591 ਜਾਂ ਇੱਕ ਇਹਨਾਂ ਦਾ ਵੀ ਹੋਰ ਹੈ 33 ਤੋਂ ਕੁਛ ਇਸ ਹੈਗਾ, ਮੈਨੂੰ ਜ਼ਿਆਦਾ ਧਿਆਨ ਨਹੀਂ ਉਹਦੇ ਬਾਰੇ, ਅਤੇ 3591 ਵੀ ਬਹੁਤ ਚੰਗੀ ਮੱਕੀ ਹੈ। ਅਤੇ ਇਹੀ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਸੀ, ਕਿ ਇੱਕ ਤਾਂ ਵੱਢਣ 'ਚ ਸੌਖੀ ਆ, ਇੱਕ 11-12 ਫੁੱਟ 'ਤੇ ਜਾ ਕੇ ਆਪਦਾ ਬੀ ਕੱਢਦੀ ਹੈ ਜਿਹੜਾ ਉੱਤੇ ਹੈਗਾ, ਅਤੇ 4 ਤੋਂ 5 ਫੁੱਟਾਂ ਲੈਂਦੀ ਹੈ, ਅਤੇ ਚੱਲਣ 'ਚ ਵੀ ਬਹੁਤ ਈਜ਼ੀ, ਛੇਤੀ ਇਹਨੂੰ ਕੀੜਾ ਘੱਟ ਪੈਂਦਾ, ਜਿਹੜਾ ਆਪਾਂ ਕੀੜਾ ਆਪਣਾ ਕੋਰੋਜਨ ਕਰਨੀ ਪੈਂਦੀ ਹੈ, ਜਾਂ ਕੋਈ ਲਿਕੁਇਡ ਪ੍ਰੋਕਲੇਮ ਕਰਦਾ ਜਾਂ ਕੋਈ ਲੈਮਡਾ ਕਰਦਾ, ਅਤੇ ਇਹ ਚੱਲਣ 'ਚ ਵੀ ਬਹੁਤ ਸੌਖੀ ਵਧੀਆ ਹੈਗੀ ਆ। ਇੰਨੀ ਕੁ ਜਾਣਕਾਰੀ ਸੀਗੀ ਮੈਂ ਸਾਂਝੀ ਕਰਨੀ ਚਾਹੁੰਦਾ। ਇੱਧਰ ਮੇਰੀ ਮੂੰਗੀ ਲੱਗੀ ਹੋਈ ਆ MH 1142, ਜਿਹਦੀ ਕਿ ਐਤਕੀ ਬਹੁਤ ਜ਼ਿਆਦਾ ਮੰਗ ਹੈਗੀ ਆ, ਲੋਕ ਬਹੁਤ ਫੇਮਸ ਵਰਾਇਟੀ ਹੈਗੀ ਆ, 5 ਤੋਂ 6 ਕੁਇੰਟਲ ਦੇ ਕਰੀਬ ਇਹ ਝਾੜ ਦੇ ਕੇ ਜਾਊਗੀ। ਇੱਕ ਥੋੜ੍ਹਾ ਜਿਹਾ ਜਗ੍ਹਾ ਮੈਂ ਕਟਾਈ ਲਈ ਰੱਖੀ ਹੋਈ ਆ, ਕਿ ਇਹਦਾ ਮੈਂ ਸੀਡ ਰੱਖਣਾ ਹੈ, ਪਿਓਰ ਜਿੱਥੇ ਹੈਗਾ ਉੱਥੋਂ ਮੈਂ ਸੀਡ ਰੱਖਣਾ ਆਪਦਾ, ਕਿਉਂਕਿ ਅਗਲੇ ਸਾਲ ਆਪਦੇ ਖੇਤ 'ਚੋਂ ਮੂੰਗੀ ਜੇ ਆਪਾਂ ਬੀਜ ਰੱਖਦੇ ਹਾਂ ਤਾਂ ਆਪਾਂ ਨੂੰ ਪਤਾ ਹੁੰਦਾ ਹੈ ਕਿ ਇਹਦੇ 'ਚ ਯੈਲੋ ਰਸਟ ਵੀ ਹੈ ਨਹੀਂ ਗਾ। ਅਤੇ ਇਹਦੇ 'ਤੇ ਇਹਦਾ ਇੱਕ ਖਾਸੀਅਤ ਹੋਰ ਹੈ ਕਿ ਇਹਦੇ ਪੱਤਾ ਇਹੋ ਜਿਹਾ ਕਿ ਇਹਨੂੰ ਸੁੰਡੀ ਵੀ ਘੱਟ ਪੈਂਦੀ ਹੈ, ਪੱਤਾ ਇਹਦਾ ਪਤਾ ਨਹੀਂ ਕਿਹੋ ਜਿਹਾ ਹੈਗਾ ਕਿ ਸੁੰਡੀ ਦਾ ਅਟੈਕ ਬਹੁਤ ਘੱਟ ਹੈ MH 1142 ਦਾ।
ਯੂਨੀਵਰਸਿਟੀ ਨੇ 2 ਸੀਡ ਹੋਰ ਵੀ ਕੱਢਣੇ ਆ, ਇਸ ਸਾਲ ਕੱਢਣੇ ਆ ਅਗਲੇ ਸਾਲ, ਕਿ ਇਸ ਤੋਂ 10-15% ਉਹਦੀ ਝਾੜ ਜ਼ਿਆਦਾ ਆਊਗਾ। ਠੀਕ ਆ ਜੀ, ਇੰਨੀਆਂ ਕੁ ਜਾਣਕਾਰੀਆਂ ਸੀ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ। ਜੇ ਮੇਰੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰ ਦਿਓ ਇੰਸਟਾਗ੍ਰਾਮ ਯੂਟਿਊਬ 'ਤੇ, ਅਤੇ ਫੇਸਬੁੱਕ 'ਤੇ ਆਪਣਾ ਪੇਜ ਹੈਗਾ ਜੀ, ਲਾਈਕ ਕਰ ਦਿਓ। ਠੀਕ ਹੈ ਜੀ, ਧੰਨਵਾਦ।